ਸਾਡੀਆਂ ਪੰਜਾਬੀ ਮਾਵਾਂ ਅੰਮੀ ਨੂੰ ਕਹੋ ਨਾ ਅੰਮੀ ਅੱਜ ਚਾਹ ਪੀਣ ਨੂੰ ਬੜਾ ਦਿਲ ਕਰਨ ਡਿਆ। ਅੰਮੀ ਅੱਗੋਂ ਪਤਾ ਕੀ ਕਹਿੰਦੀ ਏ, ਤੂੰ ਚਾਹ ਪੀ ਪੀ ਕੇ ਪੱਕਾ ਨਸ਼ਈ ਬਣ ਜਾਣਾ। ਬੰਦਾ ਅਗਰ ਅੰਮੀ ਨੂੰ ਕਹੇ ਨਾ ਅੰਮੀ ਸੁਬਹ ਮੈਨੂੰ ਟਾਈਮ ਸਿਰ ਉਠਾ ਦੇਣਾ, ਤੇ ਅੰਮੀ ਸੁਬਹ ਪਤਾ ਕਿਵੇਂ ਉਠਾਉਂਦੀ ਏ, ਓਏ ਉੱਠ ਪੈ 12 ਵੱਜ ਗਏ ਮਸਲੀਆਂ ਤੇਰਾ ਸੁੱਤਾ ਹੀ ਰਹਿਣਾ ਈ। ਬੰਦਾ ਕਦੀ ਅੰਮੀ ਨੂੰ ਆਖੇ ਨਾ ਅੰਮੀ ਅੱਜ ਮੇਰਾ ਗਾਣੇ ਸੁਣਨ ਨੂੰ ਬੜਾ ਦਿਲ ਕਰਨ ਡਿਆ, ਅੰਮੀ ਅੱਗੋਂ ਪਤਾ ਕੀ ਕਹਿੰਦੀ ਏ, ਸੁਣ ਲੈ ਪੁੱਤਰ ਸੁਣ ਲੈ, ਤੂੰ ਇੱਕ ਦਿਨ ਵੈਸੇ ਹੀ ਕੰਜਰ ਬਣ ਜਾਣਾ। ਜੇ ਭੁੱਲੇ ਚੁੱਕੇ ਘਰ ਦਾਲ ਪੱਕ ਜਾਵੇ ਨਾ, ਤਾਂ ਬੰਦਾ ਕਵੇ ਅੰਮੀ ਅੱਜ ਦਾਲ ਖਾਣ ਨੂੰ ਦਿਲ ਨੀ ਕਰਨ ਡਿਆ। ਅੰਮੀ ਅੱਗੋਂ ਪਤਾ ਕੀ ਕਹਿੰਦੀ ਆ, ਵੀ ਉਹ ਆਪਦੇ ਨੂੰ ਆਸ ਹੂੰ ਬਾਹਰੋਂ ਤੇਰੇ ਵਾਸਤੇ ਕੁੱਕੜ ਫਰਾਈ ਕਰਕੇ ਲਿਆਵੇ, ਦਾਲ ਖਾਣ ਲੱਗੇ ਤੇ ਤੈਨੂੰ ਮੌਤ ਪੈਂਦੀ ਹੈ ਨਾ। ਬੰਦਾ ਅਗਰ ਅੰਮੀ ਕੋਈ ਪੈਸੇ ਮੰਗ ਲਵੇ ਨਾ, ਅੰਮੀ ਪੈਸੇ ਦੇ ਮੇਰੇ ਦੋਸਤ ਦੀ ਪਾਰਟੀ, ਮੈਂ ਉੱਥੇ ਜਾਣਾ। ਅੰਮੀ ਅੱਗੋਂ ਪਤਾ ਕੀ ਕਹਿੰਦੀ ਏ, ਆਹੋ ਜਿਵੇਂ ਪਿਓ ਤੇਰਾ ਬੈਂਕ ਤੇ ਬੈਠਾ ਨਾ, ਮੈਂ ਤੈਨੂੰ ਪਾਰਟੀਆਂ ਵਾਸਤੇ ਪੈਸੇ ਦਿੰਦੀ ਫਿਰਾਂ। ਬੰਦਾ ਅਗਰ ਅਫਸੋਸ ਕਰਨ ਵਾਸਤੇ ਕਿਸੇ ਘਰ ਚਲਾ ਜਾਵੇ ਨਾ ਅੰਮੀ ਦੇ ਨਾਲ, ਬੰਦੇ ਨੂੰ ਉੱਥੇ ਰੋਣ ਨਾ ਆ ਰਿਹਾ ਵੇ। ਬੰਦਾ ਭੁੱਲੇ ਚੁੱਕੇ ਘਰ ਆਣ ਕੇ ਅੰਮੀ ਨੂੰ ਆਖ ਦੇਵੇ ਨਾ, ਅੰਮੀ ਮੈਨੂੰ ਉੱਥੇ ਰੋਣ ਨਹੀਂ ਆਇਆ। ਅੰਮੀ ਅੱਗੋਂ ਪਤਾ ਕੀ ਕਹਿੰਦੀ, ਤੂੰ ਤਾਂ ਹੈ ਹੀ ਮਸੱਲੀ, ਤੈਨੂੰ ਤਾਂ ਚੂੜੇ ਦਾ ਘਰ ਆਉਣਾ ਚਾਹੀਦਾ ਸੀ। ਅੰਮੀ ਕਹਿ ਦੇਵੇ ਨਾ ਜਾ।